ਅੱਤਵਾਦੀਆਂ ਦੇ ਵੱਲੋਂ ਇੱਕ ਸ਼ਾਪਿੰਗ ਮਾਲ ਦੇ ਵਿੱਚ ਵੜ ਕੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ। ਕਿਹਾ ਜਾ ਰਿਹਾ ਕਿ ਅੰਨੇਵਾਹ ਫਾਇਰਿੰਗ ਕੀਤੀ ਗਈ ਹੈ, ਜਿਸ ਦੇ ਵਿੱਚ 70 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ 100 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਅੱਤਵਾਦੀਆਂ ਦੇ ਵੱਲੋਂ ਅੰਨੇਵਾਹ ਫਾਇਰਿੰਗ ਕੀਤੀ ਗਈ ਹੈ ਇੱਕ ਸ਼ਾਪਿੰਗ ਮਾਲ ਦੇ ਵਿੱਚ। ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਅੰਨੇਵਾਹ ਗੋਲੀਆਂ ਚਲਾਈਆਂ ਨੇ, ਜਿਸ ਦੇ ਵਿੱਚ 70 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਜਦਕਿ ਇਸ ਦੇ ਵਿੱਚ 100 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਕਿਹਾ ਜਾ ਰਿਹਾ ਕਿ ਗ੍ਰੇਨੇਡ ਦੇ ਨਾਲ ਧਮਾਕਾ ਕੀਤਾ ਗਿਆ, ਸ਼ਾਪਿੰਗ ਮਾਲ ਨੂੰ ਹੀ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਫੌਜ ਦੀ ਵਰਦੀ ਦੇ ਵਿੱਚ ਸ਼ਾਪਿੰਗ ਮਾਲ ਦੇ ਵਿੱਚ 5 ਦੇ ਕਰੀਬ ਕਿਹਾ ਜਾ ਰਿਹਾ ਕਿ ਅੱਤਵਾਦੀ ਵੜੇ ਸਨ, ਹਥਿਆਰਾਂ ਦੇ ਨਾਲ ਲੈਸ ਸਨ, ਆਧੁਨਿਕ ਹਥਿਆਰ ਇਹਨਾਂ ਦੇ ਕੋਲ ਸੀ ਤੇ ਅੰਦਰ ਵੜਦੇ ਸਾਰ ਇਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੇ ਵਿੱਚ 70 ਲੋਕਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਕਿਹਾ ਜਾ ਰਿਹਾ ਕਿ 50 ਦੇ ਕਰੀਬ ਐਂਬੂਲੈਂਸ ਮੌਕੇ ਦੇ ਉੱਤੇ ਬੁਲਾਈਆਂ ਗਈਆਂ ਨੇ। ਹਾਲਾਂਕਿ ਇਸ ਸਭ ਤੋਂ ਬਾਅਦ ਜੋ ਸ਼ਾਪਿੰਗ ਮਾਲ ਸੀ ਉਸਨੂੰ ਅੱਗ ਲੱਗ ਗਈ ਤੇ ਅੱਗ ਬੁਝਾਉਣ ਦੇ ਵਿੱਚ ਹੈਲੀਕਾਪਟਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਕਿਹਾ ਜਾ ਸਕਦਾ ਹੈ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਇਹ ਹਮਲਾ ਹੈ। ਦੱਸ ਦਈਏ ਕਿ ਰੂਸ ਦੀ ਰਾਜਧਾਨੀ ਮਾਸਕੋ ਦੇ ਵਿੱਚ ਇਹ ਅੱਤਵਾਦੀ ਹਮਲਾ ਹੋਇਆ, ਜਿੱਥੇ ਕਨਸਰਟ ਹਾਲ ਦੇ ਵਿੱਚ 5 ਬੰਦੂਕਧਾਰੀ ਅੱਤਵਾਦੀ ਵੜਦੇ ਨੇ ਤੇ ਅੱਤਵਾਦੀਆਂ ਦੇ ਵੱਲੋਂ ਅੰਨੇਵਾਹ ਫਾਇਰਿੰਗ ਕੀਤੀ ਜਾਂਦੀ ਹੈ। 70 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਹੈ ਤੇ ਹਮਲੇ ਦੇ ਵਿੱਚ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਤਾਂ ਗ੍ਰੇਨੇਡ ਦੇ ਨਾਲ ਵੀ ਧਮਾਕਾ ਕੀਤਾ ਗਿਆ। ਦੂਜੇ ਪਾਸੇ ਆਈ ਐਸ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮਾਸਕੋ ਦੇ ਵਿੱਚ ਲੋਕਾਂ ਦੇ ਇਕੱਠੇ ਹੋਣ ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ। ਮਾਸਕੋ ਦੇ ਵਿੱਚ ਟ੍ਰੇਨਾਂ ਦੀ ਆਵਾਜਾਈ ਰੋਕ ਦਿੱਤੀ ਹੈ ਤੇ ਇਸ ਦੇ ਨਾਲ ਹੀ ਏਅਰਪੋਰਟ ਨੂੰ ਵੀ ਬੰਦ ਕਰ ਦਿੱਤਾ ਹੈ। ਵੱਡਾ ਅੱਤਵਾਦੀ ਹਮਲਾ ਹੈ ਫਿਲਹਾਲ, ਲਗਾਤਾਰ ਹੁਣ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰ ਇਹ ਅੱਗ ਦੀਆਂ ਤਸਵੀਰਾਂ ਖੁਦ ਬਿਆਨ ਕਰਦੀਆਂ ਨੇ ਕਿ ਪੂਰੇ ਸ਼ਾਪਿੰਗ ਮਾਲ ਨੂੰ ਹੀ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਈ ਐਸ ਨੇ ਹੁਣ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦਈਏ ਕਿ ਇਹ ਹਮਲਾ ਮਾਸਕੋ ਦੇ ਵਿੱਚ ਵਾਪਰਿਆ ਹੈ, ਰੂਸ ਦੀ ਰਾਜਧਾਨੀ ਹੈ ਮਾਸਕੋ, ਉੱਥੇ ਇਹ ਵੱਡਾ ਅੱਤਵਾਦੀ ਹਮਲਾ ਹੈ। ਤਾਂ ਦੱਸ ਦਈਏ ਕਿ 5 ਬੰਦੂਕਧਾਰੀ ਅੱਤਵਾਦੀ ਸ਼ਾਪਿੰਗ ਮਾਲ ਦੇ ਵਿੱਚ ਅੰਦਰ ਵੜਦੇ ਨੇ, ਫੌਜ ਦੀ ਇਹਨਾਂ ਦੀ ਵਰਦੀ ਪਾਈ ਹੁੰਦੀ ਹੈ ਜਿਸ ਕਰਕੇ ਕਿਸੇ ਨੂੰ ਇਹਨਾਂ ਤੇ ਸ਼ੱਕ ਨਹੀਂ ਹੁੰਦਾ, ਪਰ ਇਹ ਅੰਦਰ ਜਾਂਦੇ ਸਾਰ ਹੀ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ, ਜਿਸ ਦੇ ਵਿੱਚ 70 ਲੋਕਾਂ ਦੀ ਦਰਦਨਾਕ ਮੌਤ ਹੋਈ ਹੈ, ਜਦਕਿ 50 ਦੇ ਕਰੀਬ ਐਂਬੂਲੈਂਸਾਂ ਮੌਕੇ ਦੇ ਉੱਤੇ ਹੋਰ ਤੈਨਾਤ ਕੀਤੀਆਂ ਗਈਆਂ ਨੇ, ਜਦਕਿ 100 ਤੋਂ ਕਰੀਬ ਵੱਧ ਲੋਕ ਜ਼ਖਮੀ ਹੋਏ ਨੇ।